ਸੁਗੁਰਪ੍ਰੇਤ ਕੀ ਕੁਝ ਜਾਣਕਾਰੀ तमाम ਵਿਧਾਇਕਾਂ ਨੂੰ ਵਜ਼ੀਰਾਂ ਨੂੰ ਵਜ਼ੀਰੀਆਂ ਸੌਂਪ ਦਿੱਤੀਆਂ ਗਈਆਂ ਨੇ ਤੇ ਹੁਣ ਕੀ ਕੁਝ ਚੁਣੌਤੀਆਂ ਆਉਣ ਵਾਲੇ ਸਮੇਂ ਦੇ ਵਿੱਚ ਰਹਿਣਗੀਆਂ ਖਾਸ ਤੌਰ ਤੇ ਹੋਮ ਮਿਨਿਸਟਰ ਅੱਗੇ ਤੇ ਬਿਜਲੀ ਮੰਤਰੀ ਅੱਗੇ ਕੀ ਕੋਈ ਚੁਣੌਤੀਆਂ ਨੇ ਕਿਉਂਕਿ ਇਸ ਨੂੰ ਲੈ ਕੇ ਲਗਾਤਾਰ ਪੰਜਾਬ ਦੇ ਵਿੱਚ ਸਿਆਸਤ ਵੀ ਮਗਦੀ ਅਸੀਂ ਵੇਖੀ ਹੈ ਤੇ ਵਿਰੋਧੀਆਂ ਵੱਲੋਂ ਵੀ ਇਹੀ ਦੋ ਮੰਤਰਾਲੇ ਨੇ ਜਾਂ ਇਹੀ ਦੋ ਮੰਤਰਾਲਿਆਂ ਨਾਲ ਸੰਬੰਧਿਤ ਮੁੱਦੇ ਨੇ ਜਿਸ ਨੂੰ ਲੈ ਕੇ ਸਰਕਾਰ ਨੂੰ ਲਗਾਤਾਰ ਟਾਰਗੇਟ ਕੀਤਾ ਜਾ ਰਿਹਾ ਹੈ ਦੇਖੋ ਸਭ ਤੋਂ ਪਹਿਲਾਂ ਅਮ੍ਰਿਤਾਏ ਸਮਝਿਏ ਜਿਆ ਦਰਸ਼ਕ ਇਹ ਸਮਝ ਲੈਣ ਕਿ ਜਿਹੜੀ ਪੋਰਟਫੋਲੀਓਜ਼ ਦੀ ਵੰਡ ਹੈ ਉਹ ਕਿਵੇਂ ਕੀਤੀ ਗਈ ਹੈ ਜਿਹੜੇ ਪੁਰਾਣੇ ਸੀਨੀਅਰ ਮਨਿਸਟਰਸ ਸੀਗੇ ਉਹਨਾਂ ਦੇ ਮੰਤਰਾਲੇ ਘੱਟ ਚੇਂਜ ਕੀਤੇ ਗਏ ਵਿਭਾਗ ਉਹਨਾਂ ਦੇ ਨਹੀਂ ਬਦਲੇਗੇ ਬੇਸ਼ੱਕ ਬ੍ਰਹਮਹਿੰਦਰਾ ਹੁਣ ਉਹ ਪਹਿਲਾਂ ਵੀ ਪਾਰਲੀਮੈਂਟਰੀ ਅਫੇਅਰਸ ਸੀ ਸਥਾਨਕ ਸਰਕਾਰਾਂ ਬਾਰੇ ਵਿਭਾਗ ਹੈ ਜਿਹੜਾ ਉਹ ਉਹਨਾਂ ਦੇ ਕੋਲ ਸੀ ਉਹ ਉਹਨਾਂ ਦਾ ਬਰਕਰਾਰ ਹੈ ਇਸ ਤੋਂ ਲਾਵਾ ਮਨਪ੍ਰੀਤ ਸਿੰਘ ਬਾਦਲਹੂਰਾਂ ਦਾ ਵਿੱਤ ਵਿਭਾਗ ਜਿਹੜਾ ਵਿੱਤ ਮੰਤਰਾਲਾ ਹੈ ਉਹ ਉਹਨਾਂ ਦੇ ਕੋਲ ਬਰਕਰਾਰ ਹੈ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਗੱਲ ਕਰੀਏ ਤਾਂ ਉਹਨਾਂ ਦੇ ਕੋਲ ਰੂਰਲ ਡਿਵੈਲਪਮੈਂਟ ਪੰਚਾਇਤ ਮੰਤਰਾਲਾ ਪਹਿਲਾਂ ਹੀ ਸੀਗਾ ਤੇ ਉਹ ਵੀ ਉਹਨਾਂ ਦਾ ਉਸੇ ਤਰੀਕੇ ਦੇ ਨਾਲ ਬਰਕਰਾਰ ਹੈ ਸੁਖਵਿੰਦਰ ਸਰਕਾਰੀਆ ਦੇ ਵਿਭਾਗ ਹੈ ਜਿਹੜੇ ਉਹਨਾਂ ਦੇ ਵਿੱਚ ਵੀ ਹਲਕੀ ਫੁਲਕੀ ਤਬਦੀਲੀ ਹੈ ਰਜ਼ੀਆ ਸੁਲਤਾਨਾ ਦੇ ਕੁਝ ਵਿਭਾਗਾਂ ਦੇ ਵਿੱਚ ਤਬਦੀਲੀ ਹੈ ਵਿਜੇਂਦਰ ਸਿੰਘਲਾ ਦੇ ਕੋਲ ਪਬਲਿਕ ਵਰਕਸ ਜਿਹੜਾ ਪੀਡਬਲਯੂਡੀ ডিপਾਰਟਮੈਂਟ ਆ ਉਹ ਪਹਿਲਾਂ ਹੀ ਸੀਗਾ ਹਾਲਾਂਕਿ ਉਹਨਾਂ ਤੋਂ ਸਿੱਖਿਆ ਵਿਭਾਗ ਹੈ ਜਿਹੜਾ ਉਹ ਲੈ ਲਿਆ ਗਿਆ ਸਿੱਖਿਆ ਵਿਭਾਗ ਨਵੇਂ ਮੰਤਰੀ ਜਿਹੜੇ ਫਸਟ ਟਾਈਮ ਮੰਤਰੀ ਬਣੇ ਨੇ ਪ੍ਰਗਟ ਸਿੰਘ ਉਹਨਾਂ ਨੂੰ ਦੇ ਦਿੱਤਾ ਗਿਆ ਸਿੱਖਿਆ ਸਕੂਲੀ ਸਿੱਖਿਆ ਹਾਇਰ এডੂਕੇਸ਼ਨ ਤੇ ਸਪੋਰਟਸ ਮੈਕਮੈਂਟ ਜਿਹੜਾ ਉਹ ਪ੍ਰਗਟ ਸਿੰਘ ਨੂੰ ਦੇ ਦਿੱਤਾ ਗਿਆ ਭਾਰਤ ਪੂਸ਼ਨ ਆਸ਼ੂ ਦੇ ਕੋਲ ਫੂਡ ਸਿਵਲ ਸਪਲਾਈਜ਼ ਦਾ ਵਿਭਾਗ ਪਹਿਲਾਂ ਹੀ ਸੀ ਕੈਪਟਨ ਕੈਬਨਟ ਦੇ ਵੇਲੇ ਉਹਦੇ ਵਿੱਚ ਵੀ ਕੋਈ ਬਦਲਾਅ ਨਹੀਂ ਕੀਤਾ ਗਿਆ ਕਾ ਕਰਨਦੀਪ ਸਿੰਘ ਨਾਬਾ ਜਿਹੜੇ ਪਹਿਲੀ ਵਾਰੀ ਮਨਿਸਟਰ ਬਣੇ ਨੇ ਉਹਨਾਂ ਨੂੰ ਖੇਤੀਬਾੜੀ ਮਹਿਕਮਾ ਦਿੱਤਾ ਗਿਆ ਹੈ ਫਾਰਮਰਸ ਵੈਲਫੇਅਰ ਤੇ ਫੂਡ ਪ੍ਰੋਸੈਸਿੰਗ ਜਿਹੜਾ ਮੰਤਰਾਲਾ ਹੈ ਜਿਹੜਾ ਸਾਰੇ ਦਾ ਸਾਰਾ ਖੇਤੀਬਾੜੀ ਤੇ ਕਿਸਾਨੀ ਦੇ ਨਾਲ ਜੁੜਿਆ ਹੋਇਆ ਉਹ ਉਹਨਾਂ ਨੂੰ ਦਿੱਤਾ ਗਿਆ ਡਾਕਟਰ ਰਾਜਕੁਮਾਰ ਵੇਰਕਾ ਹੋਰਾ ਕੋ ਸੋਸ਼ਲ ਜਸਟਿਸ ਐਮਪਾਇਰਮੈਂਟ ਤੇ ਮਾਈਨੋਰਟੀਜ਼ ਦਾ ਜਿਹੜਾ ਵਿਭਾਗ ਹੈ ਉਹ ਆਇਆ ਮਾਈਨੋਰਟੀਜ਼ ਕਮਿਸ਼ਨ ਦੇ ਪਹਿਲਾਂ ਹੀ ਜਿਹੜੇ ਹੈ ਇਸ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਤਾਂ ਐਸਸੀ ਕਮਿਸ਼ਨ ਦੇ ਚੇਅਰ ਚੇਅਰਮੈਨ ਵੀ ਰਹਿ ਚੁਕੇ ਡਾਕਟਰ ਰਾਜਕੁਮਾਰ ਵੀਰ ਦਾ ਮੈਡੀਕਲ ਐਜੂਕੇਸ਼ਨ ਤੇ ਰਿਸਰਚ ਵੀ ਉਹਨਾਂ ਨੂੰ ਦਿੱਤਾ ਗਿਆ ਇਸ ਤੋਂ ਇਲਾਵਾ ਹੁਣ ਗੱਲ ਕਰੀਏ ਕਿ ਜਿਹੜੇ ਚੀਫ ਮਿਨਿਸਟਰ ਨੇ ਚਰਨਜੀਤ ਸਿੰਘ ਚੰਨੀ ਕੁੱਲ ਮਿਲਾ ਕੇ 14 ਵਿਭਾਗ ਉਹਨਾਂ ਨੇ ਆਪਣੇ ਕੋਲ ਰੱਖੇ ਆ ਪਾਵਰ ਮਹਿਕਮਾ ਜਿਵੇਂ ਤੁਸੀਂ ਵੀ ਸਵਾਲ ਕਰ ਰਹੇ ਸੀ ਕਿ ਪਾਵਰ ਮਹਿਕਮੇ ਨੂੰ ਲੈ ਕੇ ਬਹੁਤ ਸਾਰੇ ਸਵਾਲ ਨੇ ਪੀਪੀਐਸ ਹੋਏ ਮਹਿੰਗੀ ਬਿਜਲੀ ਹੈ ਪੰਜਾਬ ਦੇ ਵਿੱਚ ਸਵਾਲ ਉੱਠਦੇ ਆ ਪਾਵਰ ਪਰਚੇਸ ਐਗਰੀਮੈਂਟਸ ਹੋਏ ਆ ਜਿਹੜੇ ਪ੍ਰਾਈਵੇਟ ਕੰਪਨੀਆਂਜ਼ ਦੇ ਨਾਲ ਉਨੂੰ ਲੈ ਕੇ ਅਕਸਰ ਸਵਾਲ ਉੱਠਦੇ ਔਰ ਕਾਂਗਰਸ ਉਠਾਉਂਦੀ ਰਹੀ ਹੈ ਚਰਨਜੀਤ ਸਿੰਘ ਚੰਨੀ ਵੀ ਇਹ ਸਵਾਲ ਉਠਾਉਂਦੇ ਰਹੇ ਆ ਕਿ ਅਸੀਂ ਇਹ ਜਿਹੜੇ ਸਮਝੌਤੇ ਐ ਉਹ ਰੱਦ ਕਿਉਂ ਨਹੀਂ ਕਰਦੇ ਜਿਹੜੇ ਮਹਿੰਗੇ ਭਾਅ ਤੇ ਸਮਝੌਤੇ ਹੋਏ ਵੇ ਐ ਬਹੁਤ ਸਾਰੀਆਂ ਫਰਮਸ ਇਸ ਤਰ੍ਹਾਂ ਦੀਆਂ ਨੇ ਪੰਜਾਬ ਦੇ ਵਿੱਚ ਜਿੰਨਾ ਤੋਂ ਸਰਕਾਰ 7 ਰੁਪਏ ਤੇ 8 ਰੁਪਏ ਤੱਕ ਵੀ ਯੂਨਿਟ ਪਰ ਯੂਨਿਟ ਬਿਜਲੀ ਖਰੀਦੀ ਐ ਫਿਰ ਉਹੀ ਪਰ ਯੂਨਿਟ ਬਿਜਲੀ ਲੈ ਕੇ ਅੱਗੇ ਲੋਕਾਂ ਨੂੰ ਦਿੱਤੀ ਜਾਂਦੀ ਐ ਤਾਂ ਕੁੱਲ ਮਿਲਾ ਕੇ ਜਿਹੜਾ ਇਹਦਾ ਬੋਝ ਐ ਉਹ ਜਨਤਾ ਤੇ ਪੈਂਦਾ ਹੁਣ ਪਾਵਰ ਪਰਚੇਸ ਐਗਰੀਮੈਂਟਸ ਕਰਕੇ ਕਿਹਾ ਗਿਆ ਕਿ ਪਿਛਲੀ ਜਿਹੜੀ ਬਾਦਲ ਸਰਕਾਰ ਸੀ ਉਹਨਾਂ ਨੇ ਆਪਣੇ ਚਹੇਤਿਆਂ ਨੂੰ ਇਹ ਜਿਹੜੇ ਪ੍ਰੋਜੈਕਟਸ ਨੇ ਉਹ ਵੰਡੇ ਆ ਤੇ ਇਹਦਾ ਬੋਝ ਜਨਤਾ ਤੇ ਪਿਆ ਇਹਨੂੰ ਰੱਦ ਕਰਨ ਦੀ ਗੱਲ ਹੁੰਦੀ ਹੈ ਚਰਨਜੀਤ ਸਿੰਘ ਚੰਨੀ ਵੀ ਕਹਿੰਦੇ ਰਹੇ ਆ ਕੈਬਨਟ ਦੇ ਵਿੱਚ ਜਿੰਨੇ ਵੀ ਹੁਣ ਤੁਸੀਂ ਚਿਹਰੇ ਦੇਖਦੇ ਹੋ ਸਾਰੇ ਇਹ ਸਵਾਲ ਉਠਾਉਂਦੇ ਰਹੇ ਆ ਕਿ ਪਾਵਰ ਐਗਰੀਮੈਂਟਸ ਰੱਦ ਹੋਣੇ ਚਾਹੀਦੇ ਵਾਈਟ ਪੇਪਰ ਹੀ ਆਉਣਾ ਚਾਹੀਦਾ ਇਹਦੇ ਤੇ ਹੁਣ ਸਵਾਲ ਸਭ ਤੋਂ ਵੱਡਾ ਇਹੀ ਮੁੱਖ ਮੰਤਰੀ ਦੇ ਸਾਹਮਣੇ ਕਿ ਕੀ ਚਰਨਜੀਤ ਸਿੰਘ ਚੰਨੀ ਉਹ ਮਾਦਾ ਦਿਖਾਉਣਗੇ ਕਿ ਪਾਵਰ ਪਰਚੇਸ ਐਗਰੀਮੈਂਟਸ ਨੇ ਜਿਹੜੇ ਉਹ ਰੱਦ ਕੀਤੇ ਜਾਣ ਤੇ ਪੰਜਾਬ ਦੇ ਲੋਕਾਂ ਨੂੰ ਮਹਿੰਗੀ ਬਿਜਲੀ ਤੋਂ ਰਾਹਤ ਦਿੱਤੀ ਜਾਵੇ ਇਸ ਤੋਂ ਇਲਾਵਾ ਜੇ ਗੱਲ ਕਰੀਏ ਤਾਂ ਵਿਜੀਲੈਂਸ ਵਿਭਾਗ ਹੈ ਜਿਹੜਾ ਉਹ ਵੀ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਆਪਣੇ ਕੋਲ ਰੱਖਿਆ ਜਨਰਲ ਐਡਮਿਨਿਸਟ੍ਰੇਸ਼ਨ ਜਸਟਿਸ ਨਿਆਂ ਵਿਭਾਗ ਹੈ ਕਾਨੂੰਨੀ ਅਫੇਅਰਸ ਦਾ ਜਿਹੜਾ ਵਿਭਾਗ ਹੈ ਉਹ ਵੀ ਉਹਨਾਂ ਨੇ ਆਪਣੇ ਕੋਲ ਰੱਖਿਆ ਐਕਸਾਈਜ਼ ਦਾ ਇਨਵੈਸਟਮੈਂਟ ਪ੍ਰੋਮੋਸ਼ਨ ਹਸਪਿਟੈਲਿਟੀ ਤੇ ਟੂਰਿਜ਼ਮ ਤੇ ਕਲਚਰਲ ਅਫੇਅਰਸ ਜਿਹੜੇ ਉਹ ਚਰਨਜੀਤ ਸਿੰਘ ਚੰਨੀ ਹੋਰਾਂ ਰੱਖਿਆ ਇਸ ਤੋਂ ਇਲਾਵਾ ਸੁਖਜਿੰਦਰ ਸਿੰਘ ਰੰਧਾਵਾ ਦੇ ਕੋਲ ਅਹਿਮ ਜ਼ਿੰਮੇਵਾਰੀ ਹੈ ਹੁਣ ਹੋਮ ਡਿਪਾਰਟਮੈਂਟ ਉਹਨਾਂ ਨੂੰ ਦਿੱਤਾ ਗਿਆ ਪੰਜਾਬ ਦੀ ਪੁਲਿਸ ਦੀ ਜਿਹੜੀ ਸਾਰੀ ਜ਼ਿੰਮੇਵਾਰੀ ਹੈ ਉਹ ਹੁਣ ਸੁਖਜਿੰਦਰ ਸਿੰਘ ਰੰਧਾਵਾ ਦੇ ਕੋਲ ਹੋਏਗੀ ਤੇ ਸੁਖਜਿੰਦਰ ਸਿੰਘ ਰੰਧਾਵਾ ਕਿਉਂਕਿ ਪਹਿਲਾਂ ਬਹੁਤ ਸਵਾਲ ਉਠਾਉਂਦੇ ਰਹੇ ਆ ਕਿ ਬੇਅਦਬੀ ਦੇ ਜਿਹੜੇ ਦੋਸ਼ੀ ਨੇ ਉਹ ਜੇਲ੍ਹਾਂ ਚ ਜਾਣੇ ਚਾਹੀਦੇ ਆ ਨਸ਼ਿਆਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਜੇ ਸਾਡੀ ਸਰਕਾਰ ਬਣੀ ਇਲੈਕਸ਼ਨ ਤੋਂ ਪਹਿਲਾਂ ਦੀਆਂ ਗੱਲਾਂ ਆਣੇ ਪਿਛਲੀ ਇਲੈਕਸ਼ਨ ਤੋਂ ਪਹਿਲਾਂ ਦੀਆਂ ਜੇ ਸਾਡੀ ਸਰਕਾਰ ਬਣੀ ਤਾਂ ਜਿਨ੍ਹਾਂ ਲੋਕਾਂ ਨੇ ਪੰਜਾਬ ਦੇ ਵਿੱਚ ਨਸ਼ਾ ਲਿਆਂਦਾ ਉਹਨਾਂ ਨੂੰ ਫੜ ਕੇ ਜੇਲ੍ਹਾਂ ਚ ਸੁਟਾਂਗੇ ਹੁਣ ਇਹ ਚੁਣੌਤੀ ਤੇ ਇਹ ਜ਼ਿੰਮੇਵਾਰੀ ਤੇ ਇਹ ਸਵਾਲ ਸੁਖਜਿੰਦਰ ਸਿੰਘ ਰੰਧਾਵਾ ਦੇ ਸਾਹਮਣੇ ਹੋਏਗਾ ਇਸ ਤੋਂ ਇਲਾਵਾ ਊਮਪ੍ਰਕਾਸ਼ ਸੋਨੀ ਹੋਰਾਂ ਕੋ ਹੈਲਥ ਜਿਹੜਾ ਸਿਹਤ ਮਹਿਕਮਾ ਬਲਬੀਰ ਸਿੰਘ ਸਿੱਧੂ ਹੋਰਾਂ ਦੇ ਕੋਲ ਸੀ ਅੱਖਾਂ ਵੀ ਭਾਰ ਆਈਆਂ ਬਲਬੀਰ ਸਿੰਘ ਸਿੱਧੂ ਦੀਆਂ 2 ਦਿਨ ਪਹਿਲਾਂ ਜਦੋਂ ਉਹਨਾਂ ਨੂੰ ਨਹੀਂ ਸ਼ਾਮਲ ਕੀਤਾ ਗਿਆ ਤਾਂ ਸਿਹਤ ਮਹਿਕਮਾ ਜਿਹੜਾ ਸਿਹਤ ਵਿਭਾਗ ਹੈ ਉਹ ਹੁਣ ਪ੍ਰਕਾਸ਼ ਸੋਨੀ ਹੋਰਾਂ ਨੂੰ ਦੇ ਦਿੱਤਾ ਗਿਆ। ਮਨਪ੍ਰੀਤ ਸਿੰਘ ਬਾਦਲ ਉਸੇ ਤਰ੍ਹਾਂ ਆਰਥਿਕ ਇੰਜਨ ਹੈ ਜਿਹੜਾ ਸਰਕਾਰ ਦਾ ਆਰਥਿਕਤਾ ਹੈ ਉਸੇ ਨੂੰ ਚਲਾਉਣਗੇ। ਤ੍ਰਿਪਤਰਜਿੰਦਰ ਸਿੰਘ ਬਾਜਵਾ ਕੋ ਰੂਰਲ ਡਿਵੈਲਪਮੈਂਟ, ਅਰੁਣਾ ਚੌਧਰੀ ਰੈਵਨਿਊ ਮਨਿਸਟਰ ਹੋਣਗੇ, ਸੁਖਵਿੰਦਰ ਸਿੰਘ ਸਰਕਾਰੀਆ ਵਾਟਰ ਰਿਸੋਰਸਸ, ਰਾਣਾ ਗੁਰਜੀਤ ਸਿੰਘ ਜਿਨ੍ਹਾਂ ਤੇ ਬਹੁਤ ਸਾਰੇ ਸਵਾਲ ਉੱਠੇ ਮਾਈਨਿੰਗ ਸਕੈਮ, ਕਥਿਤ ਜਿਹੜਾ ਐਲੈਜਡਿਕ ਮਾਈਨਿੰਗ ਸਕੈਮ ਦੀ ਗੱਲ ਕੀਤੀ ਜਾਂਦੀ ਹੈ, ਵਿਰੋਧੀ ਇਲਜ਼ਾਮ ਲਗਾਉਂਦੇ ਆ ਕਿ ਮਾਈਨਿੰਗ ਮਾਫੀਆ ਦੇ ਨਾਲ ਤਾਰ ਜੁੜੇ ਹੋਇਆ ਰਾਣਾ ਗੁਰਜੀਤ ਸਿੰਘ ਦੇ ਉਹ ਕਿਸੇ ਨਾ ਕਿਸੇ ਤਰੀਕੇ ਆਪਣੀ ਥਾਂ ਪੱਕੀ ਕਰ ਗਏ ਤੇ ਹੁਣ ਜਿਹੜਾ ਉਹਨਾਂ ਨੂੰ ਮਹਿਕਮਾ ਮਿਲਿਆ ਉਹ ਹੈ ਤਕਨੀਕੀ ਸਿੱਖਿਆ ਤੇ ਇੰਡਸਟਰੀਅਲ ਟ੍ਰੇਨਿੰਗ ਇਹ ਵਿਭਾਗ ਖੁਦ ਜਿਹੜਾ ਹੈਗਾ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਕੋਲ ਸੀਗਾ ਹੁਣ ਤੱਕ 4.5 ਸਾਲ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਤਕਨੀਕੀ ਸਿੱਖਿਆ ਵਿਭਾਗ ਦੀ ਸੇਵਾ ਜਿਹੜੀ ਉਹ ਨਿਭਾਈ ਹੈ ਤੇ ਇਹ ਮਹਿਕਮਾ ਜਿਹੜਾ ਉਹ ਚਲਾ ਗਿਆ ਹੁਣ ਰਾਣਾ ਗੁਰਜੀਤ ਸਿੰਘ ਹੋਰਾਂ ਦੇ ਕੋਲ এমਪਲੋਇਮੈਂਟ ਜਨਰੇਸ਼ਨ ਤੇ ਟ੍ਰੇਨਿੰਗ ਏ ਵਿਭਾਗ ਵਿੱਚ ਚਰਨਜੀਤ ਸਿੰਘ ਚੰਨੀ ਹੋਣਾ ਕੋਲ ਸੀ ਤੇ ਇਹ ਹੁਣ ਰਾਣਾ ਗੁਰਜੀਤ ਸਿੰਘ ਸਾਹਮਣੇ ਇਸ ਤੋਂ ਇਲਾਵਾ ਹਾਰਟੀਕਲਚਰ ਤੇ ਸੋਇਲ ਐਂਡ ਵਾਟਰ ਕਨਜ਼ਰਵੇਸ਼ਨ ਦਾ ਵਿਭਾਗ ਹੈ ਜਿਹੜਾ ਉਹ ਵੀ ਰਾਣਾ ਗੁਰਜੀਤ ਸਿੰਘ ਰਜ਼ੀਆ ਸੁਲਤਾਨਾ ਨੂੰ ਵਾਟਰ ਸਪਲਾਈ ਤੇ ਸੈਨੀਟੇਸ਼ਨ ਸੋਸ਼ਲ ਸਿਕਿਉਰਿਟੀ ਔਮਨ ਐਂਡ ਚਾਈਲਡ ਡਿਵੈਲਪਮੈਂਟ ਇਹ ਵਿਭਾਗ ਦਿੱਤੇ ਗਏ ਆ ਸਮਾਜ ਭਲਾਈ ਬਾਲ ਵਿਕਾਸ ਮਹਿਲਾ ਵਿਕਾਸ ਜਿਹੜੇ ਵਿਭਾਗ ਨੇ ਆਂਗਣਵਾੜੀ ਦੇ ਨਾਲ ਜੁੜੇ ਹੋਏ ਜਿਹੜੇ ਕੰਮ ਨੇ ਇਹ ਰਜ਼ੀਆ ਸੁਲਤਾਨਾ ਦੇ ਹਿੱਸੇ ਹੁੰਦੇ ਵਿਜੇਂਦਰ ਸਿੰਘਲਾ ਪਹਿਲਾਂ ਵੀ ਗੱਲ ਕੀਤੀ ਪੀਡਬਲਯੂਡੀ ਇਹਨਾਂ ਕੋਲ ਰਹਿ ਗਿਆ ਜਿਹੜਾ ਸਕੂਲ ਐਜੂਕੇਸ਼ਨ ਹੈ ਉਹ ਇਹਨਾਂ ਤੋਂ ਲੈ ਲਿਆ ਗਿਆ ਭਾਰਤ ਪੂਸ਼ਨ ਆਸ਼ੂ ਦੇ ਕੋਲ ਉਹੀ ਫੂਡ ਸਪਲਾਈਜ਼ ਜਿਹੜਾ ਡਿਪਾਰਟਮੈਂਟ ਆ ਉਹ ਰਹੇਗਾ ਰਣਜੀਤ ਸਿੰਘ ਨਾਬਾ ਖੇਤੀਬਾੜੀ ਮੰਤਰੀ ਹੋਣਗੇ ਰਾਜਕੁਮਾਰ ਵੀਰਕਾ ਸੋਸ਼ਲ ਜਸਟਿਸ ਦੇ ਮਨਿਸਟਰ ਹੋਣਗੇ ਸੰਗਤ ਸਿੰਘ ਗਿਲਜੀਆ ਨੂੰ ਫੋਰੈਸਟ ਵਾਈਲਡ ਲਾਈਫ ਤੇ ਲੇਬਰ ਜਿਹੜਾ ਕਿਰਤ ਵਿਭਾਗ ਬਲਬੀਰ ਸਿੰਘ ਸਿੱਧੂ ਹੋਰਾਂ ਦੇ ਕੋਲ ਸੀ ਹੁਣ ਤੱਕ ਉਹ ਸੰਗਤ ਸਿੰਘ ਗਿਲਜੀਆ ਨੂੰ ਦਿੱਤਾ ਗਿਆ ਪ੍ਰਗਟ ਸਿੰਘ ਦੇ ਕੋਲ ਵੀ ਅਹਿਮ ਮੰਤਰਾਲਾ ਆਇਆ ਸਕੂਲ ਐਜੂਕੇਸ਼ਨ ਹਾਇਰ ਸਕੂਲ ਐਜੂਕੇਸ਼ਨ ਤੇ ਜਿਹੜਾ ਸਪੋਰਟਸ ministry e-sports ਵਪਾਰਗ ਹੈ ਉਹ ਪ੍ਰਗਟ ਸਿੰਘ ਦੇਖਣਗੇ ਐਨਆਰਆਈ ਅਫੇਅਰਜ਼ ਵੀ ਇਹਦੇ ਨਾਲ ਉਹੀ ਦੇਖਣਗੇ ਰਾਜਾ ਵੜਿੰਗ ਅਹਿਮ ਨਾਂ ਤੇ ਬੜੇ ਤੇਜ਼ ਤਰ੍ਹਾਂ ਆਗੂ ਉਹਨਾਂ ਨੂੰ ਟਰਾਂਸਪੋਰਟ ਮਹਿਕਮਾ ਦਿੱਤਾ ਗਿਆ ਅਕਸਰ ਸਵਾਲ ਉਠਾਉਂਦੇ ਐ ਬਾਦਲ ਪਰਿਵਾਰ ਦੀਏ ਟਰਾਂਸਪੋਰਟ ਤੇ ਆਰਬਿਟ ਟਰਾਂਸਪੋਰਟ ਤੇ ਅਕਸਰ ਸਵਾਲ ਰਾਜਾ ਵੜਿੰਗ ਨੂੰ ਤੁਸੀਂ ਖੜਾ ਕਰਦੇ ਹੋਏ ਦੇਖਦੇ ਹੋ ਇਸ ਤੋਂ ਇਲਾਵਾ ਕੁਝ ਹੋਰ ਆਕਾਲੀ ਦਲ ਦੇ ਆਗੂ ਨੇ ਉਹਨਾਂ ਤੇ ਵੀ ਸਵਾਲ ਉਠਾਉਂਦੇ ਐ ਕਿ ਇੰਨੀਆਂ-ਇੰਨੀਆਂ ਬੱਸਾਂ ਜਿਹੜੀਆਂ ਉਹ ਪੰਜਾਬ ਦੇ ਸਰਕਾਰੀ ਜਿਹੜੀ ਟਰਾਂਸਪੋਰਟ ਹੈ ਪੀ ਆਰਟੀਸੀ ਉਹਨੂੰ ਖੋਰਾ ਲਾ ਰਹੀਆਂ ਨੇ ਤਾਂ ਟਰਾਂਸਪੋਰਟ ਮਹਿਕਮਾ ਜਿਹੜਾ ਉਹ ਦਿੱਤਾ ਗਿਆ ਰਾਜਾ ਵੜਿੰਗ ਨੂੰ ਇੱਕ ਵੱਡੀ ਜ਼ਿੰਮੇਵਾਰੀ ਆ ਹੁਣ ਸਵਾਲ ਵਿਰੋਧੀ ਵੀ ਪੁੱਛਣਗੇ ਤੇ ਲੋਕ ਵੀ ਪੁੱਛਣਗੇ ਕਿ ਆਉਣ ਵਾਲੇ 2-3 ਮਹੀਨਿਆਂ ਦੇ ਵਿੱਚ ਜੋ ਗੱਲਾਂ ਰਾਜਾ ਵੜਿੰਗ ਹੋਰਾਂ ਨੇ ਕੀਤੀਆਂ ਨੇ ਜੋ ਚੁਣੌਤੀਆਂ ਨੇ ਉਹਨਾਂ ਦੇ ਸਾਹਮਣੇ ਕਿ ਉਹ ਹੁਣ ਤੱਕ ਕਹਿੰਦੇ ਜ਼ਰੂਰ ਰਹੇ ਆ ਕਿ ਜਿਹੜਾ ਟਰਾਂਸਪੋਰਟ ਮਾਫੀਆ ਹੈ ਪੰਜਾਬ ਦੀ ਆਰਥਿਕਤਾ ਨੂੰ ਪੰਜਾਬ ਦੀ ਸਰਕਾਰੀ ਟਰਾਂਸਪੋਰਟ ਨੂੰ ਕਮਜ਼ੋਰ ਕਰ ਰਿਹਾ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਹੁਣ ਰਾਜਾ ਵੜਿੰਗ ਦੇ ਕੋਲ ਮੌਕਾ ਹੈ ਕਿ ਉਹ ਕੀ ਕਾਰਵਾਈ ਕਰਦੇ ਨੇ ਹੁਣ ਲੋਕ ਦੇਖਣਗੇ ਇਸ ਤੋਂ ਇਲਾਵਾ ਗੁਰਕੀਰਤ ਸਿੰਘ ਕੋਟਲੀ ਆਖਰੀ ਨਾਂ 18ਵਾਂ ਜਿਹੜਾ ਨਾਮ ਹੈ ਉਹਨਾਂ ਨੂੰ ਇੰਡਸਟਰੀਜ਼ ਐਂਡ ਕਾਮਰਸ ਇਨਫੋਰਮੇਸ਼ਨ ਟੈਕਨੋਲੋਜੀ ਤੇ ਸਾਇੰਸ ਤੇ ਤਕਨੀਕੀ ਵਿਭਾਗ ਹੈ ਜਿਹੜਾ ਉਹ ਗੁਰਕੀਰਤ ਸਿੰਘ ਕੋਟਲੀ ਹੋਰਾਂ ਨੂੰ ਦਿੱਤਾ ਗਿਆ ਸੋ ਇਹ ਵਿਭਾਗਾਂ ਦੀ ਇਸ ਤਰੀਕੇ ਦੇ ਨਾਲ ਵੰਡ ਕੀਤੀ ਗਈ ਹੈ ਜਿਹੜੇ ਸੀਨੀਅਰ ਮੰਤਰੀ ਰਹੇ ਐ ਉਹਨਾਂ ਦੇ ਵਿਭਾਗਾਂ ਜ਼ਿਆਦਾ ਛੇੜਛਾੜ ਨਹੀਂ ਕੀਤੀ ਗਈ ਨਵੇਂ ਜਿਹੜੇ ਇੰਡਕਟ ਕੀਤੇ ਗਏ ਐ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਮਹਿਕਮੇ ਐ ਜਿਹੜੇ ਅਲੋਟ ਕੀਤੇ ਗਏ ਪਰ ਸਭ ਤੋਂ ਵੱਡੇ ਸਵਾਲ ਉਹੀ ਰਹਿਣਗੇ ਕਿ ਹੁਣ ਤੱਕ ਇਹ ਲੋਕ ਜਦੋਂ ਮਿਨਿਸਟਰੀ ਚ ਨਹੀਂ ਸੀਗੇ ਉਦੋਂ ਸਵਾਲ ਉਠਾਉਣੇ ਅਮ੍ਰਿਤਾ ਬੜੇ ਸੌਖੇ ਹੁੰਦੇ ਆ ਜਦੋਂ ਕੰਮ ਕਰਨ ਵਾਲਾ ਕੋਈ ਹੋਰ ਹੋਵੇ ਹੁਣ ਤੱਕ ਤਾਂ ਸਵਾਲ ਉਠਾਏ ਜਾਂਦੇ ਰਹੇ ਐ ਕਿ ਪਾਵਰ ਪਰਚੇਸ ਐਗਰੀਮੈਂਟਸ ਰੱਦ ਕਰੋ ਟਰਾਂਸਪੋਰਟ ਤੇ ਕਾਰਵਾਈ ਕਰੋ ਕੇਬਲ ਤੇ ਕਾਰਵਾਈ ਕਰੋ ਹோம் ਡਿਪਾਰਟਮੈਂਟ ਐ ਜਿਹੜਾ ਨਵਜੋਤ ਸਿੰਘ ਸਿੱਧੂ ਕਹਿੰਦੇ ਰਹੇ ਐ ਮੇਰੇ ਕੋਲ ਹੋਵੇ ਮੈਂ 2 ਦਿਨ ਚ ਇਹ ਕਰਦਾ ਹੁਣ ਕਿਉਂਕਿ ਪਸੰਦ ਦੇ ਜਿਹੜੇ ਲੋਕ ਜਿਨ੍ਹਾਂ ਨੂੰ ਨਵਜੋਤ ਸਿੰਘ ਸਿੱਧੂ ਵੀ ਪਸੰਦ ਕਰਦਾ ਐ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਦੇ ਬੜੇ ਨਜ਼ਦੀਕੀ ਨੇ ਤਾਂ ਹੁਣ ਸੁਖਜਿੰਦਰ ਸਿੰਘ ਰੰਧਾਵਾ ਦੇ ਕੋਲ ਆ ਗਿਆ ਹੁਣ ਜੋ ਜੋ ਗੱਲਾਂ ਕਈਆਂ ਨੇ ਹੁਣ ਦੇਖਣ ਵਾਲੀ ਗੱਲ ਇਹ ਐ ਕਿ ਆਉਂਦੇ ਦਿਨਾਂ ਚ ਇਹਦੇ ਤੇ ਪੂਰਨੇ ਕਿਹੜੇ ਪਾਉਂਦੇ ਨੇ ਇਹ ਸਾਰੇ ਲੋਕ ਜੀ ਅੰਮ੍ਰਿਤ ਬਿਲਕੁਲ ਇੱਥੇ ਇੱਕ ਗੱਲ ਹੋਰ ਵੀ ਗੌਰ ਕਰਨ ਵਾਲੀ ਸੋਇਲ ਤੇ ਵਾਟਰ ਕਨਜ਼ਰਵੇਸ਼ਨ ਜਿਨ੍ਹਾਂ ਮਸਲਿਆਂ ਲੈ ਕੇ ਇਲਜ਼ਾਮ ਲੱਗਦੇ ਰਹੇ ਉਹ ਮਹਿਕਮਾ ਜੋ ਹੈ ਰਾਣਾ ਗੁਰਜੀਤ ਥੋਰਾ ਕੋਲ ਹੈ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਅਸੀਂ ਵੇਖ ਰਿਹਾ ਕਿ ਲਗਾਤਾਰ ਭਰਤੀਆਂ ਖੋਲਣ ਨੂੰ ਲੈ ਕੇ ਇੱਕ ਵੱਡੇ ਪੱਧਰ ਤੇ ਸੰਘਰਸ਼ ਹਰ ਮਹਿਕਮੇ ਵੱਲੋਂ ਕੀਤਾ ਜਾ ਰਿਹਾ ਹੈ ਭਾਵੇਂ ਉਹ ਨੌਜਵਾਨ ਹੋਣ ਭਾਵੇਂ ਉਹ ਕੱਚੇ ਮੁਲਾਜ਼ਮ ਹੋਣੋਂ ਪੱਕੇ ਕਰਨ ਦੀ ਮੰਗ ਕਰ ਰਹੇ ਨੇ ਇਹ ਤਮਾਮ ਚੀਜ਼ਾਂ ਵੀ ਉਸ ਦੀ ਦੇਖਰੇਖ ਵੀ ਉਹੀ ਕਰਨਗੇ ਜੀ ਬਿਲਕੁਲ ਦੇਖੋ ਰਾਣਾ ਗੁਰਜੀਤ ਸਿੰਘ ਹੋਰਾਂ ਦੇ ਕੋਲ ਅਹਿਮ ਮੰਤਰਾਲਾ ਤਕਨੀਕੀ ਸਿੱਖਿਆ ਹਾਇਰ ਐਜੂਕੇਸ਼ਨ ਹੈ ਜਿਹੜਾ ਉਹ ਡਿਪਾਰਟਮੈਂਟ ਇਹਨਾਂ ਦੇ ਕੋਲ ਹੈ ਇਸ ਤੋਂ ਇਲਾਵਾ ਤੁਸੀਂ ਦੇਖਿਆ ਹੋਵੇਗਾ ਕਿ ਸਰਕਾਰ ਜਿਹੜੇ ਰੋਜ਼ਗਾਰ ਮੇਲੇ ਹੁਣ ਤੱਕ ਲਾਉਂਦੀ ਰਹੀ ਹੈ ਤਾਂ ਰੋਜ਼ਗਾਰ এমਪਲॉयਮੈਂਟ ਜਨਰੇਸ਼ਨ ਦਾ ਜਿਹੜਾ ਡਿਪਾਰਟਮੈਂਟ ਹੈ ਉਹ ਉਹਨਾਂ ਦੇ ਕੋਲ ਰਹੇਗਾ ਹਾਂ ਕੱਚੇ ਮੁਲਾਜ਼ਮਾਂ ਦੀ ਭਰਤੀ ਕਿਸ ਡਿਪਾਰਟਮੈਂਟ ਦੇ ਵਿੱਚ ਹੋਣੀ ਹੈ ਕਿਹੜੇ ਡਿਪਾਰਟਮੈਂਟ ਨੇ ਕਰਨੀ ਹੈ ਇਹ ਅਲੱਗ-ਅਲੱਗ ਡਿਪਾਰਟਮੈਂਟਸ ਦਾ ਕੰਮ ਹੈ ਇਹਦੇ ਚੋਂ ਬਹੁਤ ਸਾਰਾ ਪਰਸੋਨਲ ਵਿਭਾਗ ਹੈ ਜਿਹੜਾ ਉਹ ਖੁਦ ਮੁੱਖ ਮੰਤਰੀ ਹਰਾਂ ਨੇ ਆਪਣੇ ਕੋਲ ਰੱਖਿਆ ਸੋ ਉਹ ਉਹਨਾਂ ਅਦੀ ਜ਼ਿੰਮੇਦਾਰੀ ਹੋਰ ਉਹਨਾਂ ਦੇ ਅਧਿਕਾਰ ਖੇਤਰ ਦੇ ਵਿੱਚ ਆਏਗਾ ਕਿ ਕਿੰਨਾਂ ਨੂੰ ਕਿਹੜੇ ਡਿਪਾਰਟਮੈਂਟ ਨੂੰ ਕਿਸ ਤਰੀਕੇ ਦੇ ਨਾਲ ਮੰਗ ਹੈ ਕਿਹੜੇ ਮੁਲਾਜ਼ਮਾਂ ਦੀ ਕਿਵੇਂ ਉਹਨਾਂ ਨੂੰ ਪੂਰੇ ਕੀਤੇ ਜਾਣਾ ਕਿਵੇਂ ਪੱਕਾ ਕਰਨਾ ਪਰ ਜਿਹੜੇ ਰੋਜ਼ਗਾਰ ਮੇਲੇ ਸਰਕਾਰ ਲਾਉਂਦੀ ਰਹੀ ਹੈ ਇਹਨੂੰ এমਪਲॉयਮੈਂਟ ਜਨਰੇਸ਼ਨ ਦੇ ਅਧੀਨ ਲਿਆ ਜਾਂਦਾ ਹੈ ਅਮ੍ਰਿਤਾ ਤੇ ਜਿਹੜੇ এমਪਲॉयਮੈਂਟ ਜਨਰੇਸ਼ਨ ਵਾਲੇ ਰੋਜ਼ਗਾਰ ਮੇਲੇ ਹੈ ਤਕਨੀਕੀ ਸਿੱਖਿਆ ਵਿਭਾਗ ਹੈ ਉਹਦੀ ਜ਼ਿੰਮੇਦਾਰੀ ਰਾਣਾ ਗੁਰਜੀਤ ਸਿੰਘ ਹੋਰਾਂ ਦੇ ਕੋਲ ਰਹੇਗੀ ਜੀ ਤੇ ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਏ ਪਾਵਰ ਗੱਲ ਕਰਾਂਗੇ ਇਸ ਤੋਂ ਅੱਗੇ ਫਿਲਹਾਲ ਇੱਕ ਬ੍ਰੇਕ ਤੇ ਲਈ ਰੁਕ ਰਿਹਾ ਹਾਂ